हाँ जी सत श्रीकाल, किवें हो? होपफुली तुसीं सारे ठीक ठाक होवोगे, सेफ होवोगे अपने अपने घर। ते अज टाइम हो रहा जी राइट नाउ 2, ते पूरी धुप्प विच असीं निकल चुके हैं। वैसे तो गर्मी अज बहुत ज़्यादा, ते अज आपां जा रहे हैं जी गोरिल्ला पॉड वेखण। वैसे तो मेरे कोल सारियां एक्सेसरीज हैगियां, ट्राईपॉड, रिंग लाइट, गिम्बल। चुक्कर पे कुत्ते नहीं, गिम्बल है नहीं गा, ते गोरिल्ला पॉड भी है नहीं सी। अज वेखदे हैं चल के जे मिलदा, जे वधिया लग्गिया चक लवांगे। वैसे तो सानूं कोई दुकान पता नहीं गा, देखदे हैं जाके लभदे हैं। दुकान तक आई सिरसे पासे, पर सानू हम लभ ही नहीं पई। आ छोटा गेट, आह चर्च के छोटे गेट सामने है कोई दुकान। आ शर्मा है इनके को समान पे नहीं, मेरे को एक्सेसरी है नहीं हो ली। बस कहाँ था, दुकाना मुक गई तो ला। आले पासे भी वेख ला, ले वेख्या था। गाइस घूमते हुए महा अजे तक लभ्या नहीं गा, पहली दुकान लभ गई सी पर उतों मिलया नहीं गा। हूँ आए मजेस्टिक रोड से, इतने वेखते हैं मिलता कि नहीं। सामने बाजार से जाके चल रैली तो भी लैना आप इतने, एक बार फिर ट्राई मारते मिलता कि नहीं। बड़ा वड्डा हो गया था, थोड़ी जी चाहिए थी, पैर पूर तो नहीं है कल बड़ा तकड़ा जी गण मिट्ट ਆਪਾਂ ਨੂੰ ਤਾਂ ਇਹੀ ਸਹੀ ਰਹੇਗਾ, ਇਹ ਠੀਕ ਹੈ, ਇਹੀ ਸਹੀ ਰਹਿਣਾ ਮਨ। ਹਾਂ ਇਹੀ ਸਹੀ ਰਹੂਗਾ ਜਾਇਆ ਜੀ। ਲੱਗਦਾ ਇੰਦੀ ਕਿਰੇ ਜਬਰੇ ਹੈ, ਇੰਦੀ ਕਿਰੇ ਜਾ 650 650 ਇਹਨਾਂ ਨੇ ਬਲੂਟੁੱਥ ਵੀ ਹੈਗਾ ਵਾ। ਹੂੰ ਤਾਂ ਦੇਖਣੀ ਸੀ ਨਾ ਕਿੰਨੀ ਤਰ੍ਹਾਂ ਦਾ ਹੈ। ਹੂੰ ਜਬੂ ਲਗਾ ਬਸ ਉਹ ਮਾਨ ਬੰਦ ਕਰਿਆ ਬਸ छोटा पासा इधर बाद ठीक है। ओके ओके ते गाइस फाइनली गोरिल्ला पॉड तां बाय कर लिया होए, ते घरे चलदे आ। घरे चल के अनबॉक्सिंग करके दिखाउंदे तुहानू सारा कुछ की गलबात आ। ते गाइस फाइनली लेके आ चुके आ घरे, ते हुण तुहानू अनबॉक्सिंग करके दिखाउंदे आ की है इहदे विच। सब तो पहले एक मिलिया ब्लूटूथ वाला, मतलब ये जो रिमोट आ उतो भी ये करे ना बटन आपदे इतने वीडियो आपके ऑन हो जूगी, जब जिम्मे जेब जूब चे हो ऑन कर लेंगे। आ फिर आ गया फोन और ये थोड़ा जहा वधिया मिल गया, नहीं तो ट्राईपॉड का तुहानू पता ही है तुसीं कितनी वीडियो विच वेख्या, थोड़ा सही जहा नहीं गा ये, थोड़ा वधिया है। रिंग लाइट आ गया जिहड़ा मेरी रिंग लाइट वाला ये, बस आ ट्राईपॉड पेपर वर्क बस एक आम बाकी सारा समान जोड़ के सुने की है गलबात। पहला इतो लगूगा शायद आ ट्राईपॉड दी जिहड़ी इह चीज़ है थोड़ी होर तरह की है, डिगण दा बहुत डर है। इत्थे बटन है, एक बटन तो चक के इहदे विच इत्थे अपना फोन लग गया ना, फाइनली एक फोन टिका लिया हो
ਇਹਦਾ ਹੁਣ ਜਿਹੜਾ ਇਹ ਬਲੂਟੁੱਥ ਨਾਲ ਆਪਾਂ ਕਨੈਕਟ ਕਰ ਲਿਆ ਰਿਮੋਟ, ਇਹ ਉੱਧਰ ਬਾਹਰਲੇ ਕਮਰੇ 'ਚ ਜਾਂਦਾ ਅਤੇ ਉੱਥੇ ਜਾ ਕੇ ਵੇਖ ਦੇ ਦਿੰਦੀ ਕਿ ਨਹੀਂ, ਉੱਧਰੋਂ ਬਟਨ ਛੱਡੂਗੇ ਅਤੇ ਦੇਖਿਓ ਆਪਣੇ ਆਪ ਹੋ ਜਾਣਾ ਕਨੈਕਟ, ਅਤੇ ਵਨ ਹੋ ਗਿਆ, ਆਵਾਜ਼ ਆਈ ਹੋਣੀ ਹੈ ਨਹੀਂ ਤਾਂ, ਬਸ ਹੋ ਗਿਆ। ਇੱਕ ਵਾਰੀ ਬੰਦ ਕਰੀ, ਥੋੜ੍ਹਾ ਹੋਰ ਪਿੱਛੇ ਜਾ ਕੇ ਬੰਦ ਕਰੀ, ਰੇਂਜ ਕਿੱਥੋਂ ਤੱਕ ਆਉਂਦੀ ਹੈ। ਨਿਕਲ ਜਾ, ਨਿਕਲ ਜਾ, ਕਰੀ ਥੋੜ੍ਹਾ ਜਿਹਾ ਨੇੜੇ ਆ, ਨਹੀਂ ਹੋਇਆ, ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ, ਬਹੁਤ ਜਾਣੀ ਦੂਰੋਂ, 10 ਮੀਟਰ ਤੋਂ ਤਾਂ ਲੰਬਾ ਹੀ ਹੈ ਇਹ, ਤੂੰ ਕਹਿੰਦਾ ਸੀ 10 ਮੀਟਰ, 10 ਮੀਟਰ ਤੋਂ ਲੰਬਾ ਥੋੜ੍ਹਾ ਜਿਹਾ, ਵਧੀਆ ਹੁੰਦੀ ਬਈ ਹੈ। ਮੋਸਟਲੀ ਫੋਨ 'ਤੇ ਆ, ਮਤਲਬ ਕਹਿੰਦੇ ਆਪਣਾ ਫੋਨ 'ਤੇ ਸਪੋਰਟ ਹੁੰਦਾ, ਕਿੰਨੀ ਦੂਰ ਤੱਕ ਰੇਂਜ ਜਾਂਦੀ ਹੈ। ਆਈਫੋਨ ਦੀ ਤਾਂ ਬਹੁਤ ਦੂਰ ਤੱਕ ਜਾਂਦੀ ਹੈ, ਇਹਦਾ ਫਿਰ ਵੀ ਐਂਡਰੋਇਡ ਆਈਫੋਨ ਉੱਧਰ ਲੱਗਾ ਹੋਇਆ, ਅਤੇ ਬਸ ਇਹੀ ਸੀਗਾ, ਹੁਣ ਕਰਦੇ ਵੀਡੀਓ ਨੂੰ ਬੰਦ। ਅਤੇ ਗਾਈਸ, ਹੁਣ ਗੋਰੀਲਾ ਪੋਡ 'ਤੇ ਟਿਕਾਇਆ ਫੋਨ, ਕਿਵੇਂ ਦੀ ਲੱਗਦੀ ਹੈ, ਹਿਲਦਾ ਹੁਲਦਾ ਤਾਂ ਨਹੀਂ? ਪਹਿਲਾਂ ਹਿਲਦਾ ਸੀਗਾ ਜਾਣੀ, ਮਤਲਬ ਫੋਨ ਬਹੁਤ ਜ਼ਿਆਦਾ ਸੈੱਟ ਆ ਨਾ, ਹੁਣ ਵੇਖੀ ਇੱਧਰੋਂ ਸੈੱਟ ਲੱਗਦੀ ਹੈ, ਅੱਗੇ ਤਾਂ ਹੁਣ ਸਾਰੀਆਂ ਵੀਡੀਓ ਐਂ ਬਣਨਗੀਆਂ, ਐਂਡਰੋਇਡ 'ਚ ਵੀ ਅਤੇ ਆਈਫੋਨ 'ਚ ਵੀ। ਚਲੋ ਜਿੰਮ ਜਾਣਾ ਹੁਣ ਤੂੰ, ਅਤੇ ਟਾਈਮ ਹੋ ਗਿਆ ਜੀ ਰਾਈਟ ਨਾਓ 3:30 ਹੋ ਗਿਆ, 3 ਵਜੇ ਜਿੰਮ ਜਾਣਾ ਸੀ, ਅਤੇ ਚੱਲ ਕੇ ਮਿਲਦੇ ਹਾਂ। ਫਾਈਨਲੀ ਗਏ ਜਿੰਮ, ਪਹੁੰਚ ਚੁੱਕੇ ਹਾਂ, ਪਰ ਜਿੰਮ ਬੰਦ ਆ, ਹਜੇ ਵੇਟ ਚੱਲਦੀ ਪਈ ਹੈ, ਥੋੜ੍ਹੇ ਚਿਰ 'ਚ ਵੀ ਰਹਿੰਦਾ ਅਤੇ ਫਿਰ ਤੁਹਾਨੂੰ ਅੰਦਰ ਚੱਲ ਕੇ ਦਿਖਾਉਂਦੇ ਹਾਂ। ਜੋ ਬਣ ਸਿਲੰਡਰ ਵੇਖਿਆ ਤੂੰ? ਆਹੋ, ਵਿਊ ਬੜਾ ਤਕੜਾ, ਪੂਰਾ ਮੌਕਾ ਦੇਖਦੇ, ਖੜਦੇ 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 ਇਹਨੇ, ਉਹ ਸਿਲੰਡਰ ਵਾਲੀ ਦੇਖੋ ਟੈਂਕੀ ਲਵਾਈ, ਉਹ ਸਿਲੰਡਰ ਦੇਖੀ ਜਾਵੇ, ਨਹੀਂ ਫੋਨ 'ਚ ਨਹੀਂ ਪਤਾ ਲੱਗਦਾ ਜੱਜ ਹੁੰਦੀ ਇਹਨੂੰ, ਨਹੀਂ ਜੱਜ ਹੋਊਗੀ ਫੋਨ 'ਚ ਤਾਂ। ਮੈਂ ਕਦੋਂ ਬੇਇੱਜ਼ਤੀ ਕੀਤੀ। ਅਤੇ ਗਾਈਸ, ਫਾਈਨਲੀ ਜਾ ਕੇ ਆ ਚੁੱਕੇ ਹਾਂ ਜਿੰਮ ਵਾਪਸ, ਅਤੇ ਜਿੰਮ ਤਾਂ ਬੰਦ ਸੀਗੀ, ਸਾਨੂੰ ਉਵੇਂ ਹੀ ਵਾਪਸ ਮੁੜਨਾ ਪਿਆ, ਛੁੱਟੀ ਸੀ ਇੱਕ ਸਾਹਿਬ ਦੀ, ਅਤੇ ਠੀਕ ਆ ਫਿਰ ਵੀ, ਅਤੇ ਦੇਖੋ ਜੱਸੂ ਡੌਨ ਵੀ ਆ ਗਿਆ, ਕਾਸਟ ਵਿੱਚ ਲਾ ਕੇ ਫਿਰ ਮੈਂ ਜਾਣਾ। ਅਤੇ ਬਸ ਅੱਜ ਦੇ ਵਲੋਗ ਨੂੰ ਇੱਥੇ ਐਂਡ ਕਰਦੇ ਹਾਂ, ਜੇ ਵਲੋਗ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੇ, ਅਤੇ ਚੈਨਲ ਕਰ ਲਓ ਸਬਸਕ੍ਰਾਈਬ, ਇਹੋ ਜਿਹੇ ਹੋਰ ਨਵੇਂ ਵਲੋਗਸ ਚੈਲੇਂਜਸ ਦੇਖਣ ਲਈ। ਟਿਲ ਦੈਨ ਟੇਕ ਕੇਅਰ, ਬਾਏ ਬਾਏ। ਅਤੇ ਮੈਂ ਪਿਛਲੀਆਂ ਸਾਰੀਆਂ ਕਲਿੱਪਾਂ ਦੇਖ ਲਈਆਂ, ਉਹ 'ਚ ਮੈਂ ਦੱਸਿਆ ਸੀਗਾ ਤੁਹਾਨੂੰ ਅਨਬੋਕਸਿੰਗ ਕਰਨ ਤੋਂ ਬਾਅਦ ਰੇਟ ਵੀ ਦੱਸਾਂਗੇ, ਰੇਟ ਦੱਸਣਾ ਭੁੱਲ ਗਿਆ, ਅਤੇ ਰੇਟ ਤੁਹਾਨੂੰ ਦੱਸਦਾ, ਉਹ ਤਾਂ ਕਹਿੰਦਾ ਪਿਆ ਸੀਗਾ 500, ਅਸੀਂ ਕਰ ਕਰਾ ਕੇ 450 ਦਾ ਲੈ ਕੇ ਆਏ ਹਾਂ, ਮਸਾਂ ਮੰਨਿਆ ਵੀ 50 ਰੁਪਏ ਮਸਾਂ ਹੀ ਲੈਸ ਕੀਤੇ ਉਹਨੇ, ਜਾਣਦਾ ਸੀਗਾ ਦੋਸਤ ਤੋਂ ਲੈ ਕੇ ਆਏ ਇਹਦੇ, ਅਤੇ 550 ਕਹਿੰਦਾ, 450 ਦਾ ਸੀਗਾ, 400 ਸੋਰੀ 500